ਤੁਹਾਡੇ ਜੋ ਕਿ ਪਿਆਰ ਵਾਲਾ ਬਾਬਾ ਦੀਪ ਸਿੰਘ ਦਰ ਤੇ ਜਾਣ ਵਾਲਾ ਉਹਨੇ ਨਾ ਇੱਕ ਬਿਲਡਿੰਗ ਦੀ ਦੁਕਾਨ ਪਾ ਲਈ, ਕੰਮ ਘਰ ਚੱਲ ਗਿਆ ਤੇ ਕੁਝ ਕੁ ਸਮੇਂ ਬਾਅਦ ਨਾ ਕਿਸੇ ਨੇ ਚੋਰੀ ਕਰ ਲਈ ਦੁਕਾਨ ਤੋਂ। ਹੁਣ ਗੱਲ ਸੁਣਿਓ ਤੇ ਉਹਦੇ ਹੋਰ ਸਾਖ ਸੰਬੰਧੀ ਯਾਰ ਮਿੱਤਰ ਪਤਾ ਕੀ ਕਹਿੰਦੇ ਨੇ, ਕਹਿੰਦੇ ਥਾਣੇ ਰਿਪੋਰਟ ਲਿਖਾ ਤੂੰ, ਫਲਾਣੇ ਅਫਸਰ ਕੋਲ ਜਾ ਕੇ ਰਿਪੋਰਟ ਲਿਖਾ। ਤੇ ਅੱਗੋਂ ਕੀ ਕਹਿੰਦਾ, ਕਹਿੰਦਾ ਨਹੀਂ, ਜਿਸ ਅਫਸਰ ਨਾਲ ਮੇਰੀ ਯਾਰੀ ਆ ਨਾ ਮੈਂ ਤਾਂ ਉਹਨੂੰ ਜਾ ਕੇ ਬੇਨਤੀ ਕਰਨੀ ਆ। ਕੀ ਕੀਤਾ ਉਹਨੇ, ਬਾਬਾ ਦੀਪ ਸਿੰਘ ਦਰ ਤੇ ਗਿਆ ਜਾ ਕੇ, ਗਲਤ ਪੱਲਾ ਪਾ ਲਿਆ, ਝੋਲੀ ਅੜਦੀ, ਕਹਿੰਦੇ ਧੰਨ ਬਾਬਾ ਦੀਪ ਸਿੰਘ ਜੀ, ਕਿਸੇ ਦਾ ਕੋਈ ਆਸਰਾ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਕਿਸੇ ਨੂੰ ਕੋਈ ਅਫਸਰ ਜਾਣਦਾ ਹੋਵੇਗਾ, ਕਿਸੇ ਨੂੰ ਕੋਈ ਅਫਸਰ ਜਾਣਦਾ ਹੋਵੇਗਾ, ਪਰ ਬਾਬਾ ਦੀਪ ਸਿੰਘ ਮੇਰੀ ਯਾਰੀ ਤੇਰੇ ਨਾਲ ਹੈ। ਹੇ ਧੰਨ ਬਾਬਾ ਦੀਪ ਸਿੰਘ ਜੀ, ਤੁਹਾਨੂੰ ਪਤਾ ਮੇਰੇ ਕੋਈ ਹੋਰ ਗੁਜਾਇਸ਼ ਵੀ ਨਹੀਂ ਹੈਗੀ, ਹੋਰ ਆਸ ਵੀ ਨਹੀਂ ਹੈਗੀ ਜੋ ਮੈਂ ਫਿਰ ਸਮਾਨ ਪਾ ਲਵਾਂ। ਹੁਣ ਮੈਂ ਨਹੀਂ ਜਾਣਦਾ ਚੋਰੀ ਕਿਹਨੇ ਕੀਤੀ ਹੈ, ਚੋਰੀ ਕਿਉਂ ਕੀਤੀ ਹੈ, ਪਰ ਧੰਨ ਬਾਬਾ ਦੀਪ ਸਿੰਘ ਜੀ, ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਸਕਦਾ, ਤੁਸੀਂ ਕਿਰਪਾ ਕਰੋ ਬਾਬਾ ਜੀ, ਮੈਂ ਗਾਂਹ ਕੀ ਕਰਨਾ ਹੈ। ਸਤਸੰਗੀਓ, ਜਿਹਨੇ ਚੋਰੀ ਕੀਤੀ ਹੈ, ਇੱਧਰੋਂ ਇਹ ਗੁਰਸਿੱਖ ਨੇ ਅਰਦਾਸ ਕੀਤੀ ਬਾਬਾ ਜੀ ਦੇ ਚਰਨਾਂ ਦੇ ਵਿੱਚ, ਜਿਹਨੇ ਚੋਰੀ ਕੀਤੀ ਹੈ ਉਹ ਆਪਣੇ ਘਰ ਕੰਧਾਂ 'ਚ ਟੱਕਰਾਂ ਮਾਰਨੀਆਂ ਸ਼ੁਰੂ ਕਰਤੀਆਂ ਉਹਨੇ। ਹੁਣ ਘਰ ਵਾਲਾ ਵੇਖਿਆ, ਹੇ ਕੱਲ੍ਹ ਤਾਂ ਇਹਨੇ ਚੋਰੀ ਕੀਤੀ, ਰਾਤ ਅੱਜ ਇਹਨੂੰ ਕੀ ਹੋ ਗਿਆ। ਕੋਈ ਆਇਆ, ਕਹਿੰਦਾ ਉਹ ਗੁਰਸਿੱਖ ਦੀ ਦੁਕਾਨ ਸੀ, ਉਹਨੂੰ ਜਾ ਕੇ ਬੇਨਤੀ ਕਰੋ, ਮੈਨੂੰ ਲੱਗਦਾ ਤੁਹਾਡਾ ਮੁੰਡਾ ਤਾਂ ਪਾਗਲ ਹੋਈ ਜਾ ਰਿਹਾ। ਉਹ ਸਾਰਾ ਪਰਿਵਾਰ ਆਇਆ ਜੀ, ਗੁਰਸਿੱਖ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਗੁਰਸਿੱਖਾ ਸਾਡੇ ਬੱਚੇ ਕੋਲ ਗਲਤੀ ਹੋ ਗਈ ਆ, ਸਾਡੇ ਮੁੰਡੇ ਨੇ ਤੇਰੀ ਦੁਕਾਨ ਤੋਂ ਚੋਰੀ ਕੀਤੀ ਸੀ, ਸਮਾਨ ਉਸੇ ਤਰ੍ਹਾਂ ਅਜੇ ਪਿਆ ਲੈ ਵਾ। ਅਤੇ ਕਹਿੰਦਾ ਮੈਂ ਸਮਾਨ ਲੈਣ ਨਹੀਂ ਜਾਣਾ, ਮੈਂ ਜਿਹਨੂੰ ਬੇਨਤੀ ਕਰਦੀ ਸੀ ਬੇਨਤੀ ਕਰ ਦਿੱਤੀ ਹੈ, ਜੇ ਛੱਡ ਕੇ ਜਾਣਾ ਤਾਂ ਆਪੇ ਛੱਡ ਜਾਓ। ਉਹ ਸਾਰੇ ਪਰਿਵਾਰ ਵਾਲੇ ਸਮਾਨ ਦੁਕਾਨ 'ਤੇ ਫਿਰ ਛੱਡ ਕੇ ਗਏ ਅਤੇ ਕਹਿੰਦੇ ਹੁਣ ਅਰਦਾਸ ਕਰੋ ਕਿ ਸਾਡਾ ਮੁੰਡਾ ਠੀਕ ਹੋ ਜਾਵੇ। ਉਹ ਦੁਕਾਨਦਾਰ ਨੂੰ ਗੁਰਸਿੱਖ ਨੂੰ ਆਖਣ ਲੱਗੇ ਪਰਿਵਾਰ, ਪਰਿਵਾਰ ਕਹਿੰਦਾ ਅਰਦਾਸ ਕਰ ਦਿਉ ਕਿ ਸਾਡਾ ਬੱਚਾ ਫਿਰ ਠੀਕ ਹੋ ਜਾਵੇ। ਤਾਂ ਅੱਗੋਂ ਦੁਕਾਨਦਾਰ ਪਤਾ ਕੀ ਕਹਿੰਦਾ, ਕਹਿੰਦਾ ਮੈਂ ਜਿਹਦੇ ਅੱਗੇ ਜਾ ਕੇ ਬੇਨਤੀ ਕੀਤੀ ਹੈ ਨਾ, ਤੁਸੀਂ ਉਹਦੇ ਦਰ 'ਤੇ ਜਾ ਕੇ ਬੇਨਤੀ ਕਰੋ। ਹੁਣ ਸਾਰਾ ਪਰਿਵਾਰ ਉਹ ਬੱਚੇ ਨੂੰ ਲੈ ਕੇ ਜਿਹਨੇ ਚੋਰੀ ਕੀਤੀ ਹੈ ਬਾਬਾ ਜੀ ਦਰ 'ਤੇ ਜਾਂਦੇ ਨੇ। ਗੁਰਮੁਖੋ ਵੇਖੋ, ਜਦੋਂ ਬਾਬਾ ਜੀ ਕੋਲ ਜਾ ਕੇ ਮਾਫ਼ੀ ਮੰਗਦੇ ਨੇ, ਲੇਖੇ ਕਦਨਾ ਛੁੱਟੀਏ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਠ ਉਤਾਰ। ਬਾਬਾ ਦੀਪ ਸਿੰਘ ਨੇ ਐਸੀ ਕਿਰਪਾ ਕੀਤੀ, ਐਸੀ ਕਿਰਪਾ ਕੀਤੀ, ਉਹ ਚੋਰੀਆਂ ਕਰਨ ਵਾਲਾ ਚੋਰ ਵੀ ਗੁਰਮੁਖੋ ਬਾਬਾ ਦੀਪ ਸਿੰਘ ਦਰ ਦਾ ਸ਼ਰਧਾਲੂ ਬਣ ਗਿਆ। ਬੋਲੇ ਸੋ ਨਿਹਾਲ, ਵੇਖੋ ਚੋਰ ਵੀ ਅੱਜ ਬਾਬਾ ਜੀ ਦਰ ਦਾ ਸ਼ਰਧਾਲੂ ਬਣ ਗਿਆ, ਉਹ ਵੀ ਬਾਬਾ ਜੀ ਦੇ ਘਰ ਸੇਵਾ ਕਰਨ ਵਾਲਾ ਬਣ ਗਿਆ। ਧੰਨ ਬਾਬਾ ਦੀਪ ਸਿੰਘ, ਤੁਸੀਂ ਅਕਿਰਤ ਘਣਾ ਨੂੰ ਵੀ ਪਾਲਦੇ ਹੋ। ਅੱਜ ਹਰ ਪਾਸੇ ਬਾਬਾ ਜੀ ਜੈ ਜੈਕਾਰ ਹੈ, ਧੰਨ ਬਾਬਾ ਦੀਪ ਸਿੰਘ ਜੀ ਦੀ, ਹਰ ਕੋਈ ਬਾਬਾ ਜੀ ਦੇ ਗੁਣ ਗਾ ਰਿਹਾ ਹੈ। ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ।
ਜਿਨ ਹਰ ਮਨ ਵਸਿਆ ਸਿਰ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਬੋਲੋ ਉਹਨਾਂ ਦੀ ਸੋਭਾ ਕੋਈ ਨਾ ਮੇਟਣ ਕੋਈ ਨਾ ਮੇਟਣ ਕਿੰਨਾ ਦੀ ਧੰਨ ਧੰਨ ਬਾਬਾ ਰੱਖੋ ਧੰਨ ਧੰਨ ਬਾਬਾ ਧੰਨ ਧੰਨ ਬਾਬਾ ਧੰਨ ਧੰਨ ਬਾਬਾ ਸਾਰੀ। ਇੱਕ ਹੋਰ ਬੇਨਤੀ ਸੁਣ ਲਓ ਸਾਡਾ ਗੁਰਚਰਨ ਨੇ ਇਹ ਕਥਾ ਕਰਦਾ ਸਭ ਨੂੰ ਪਤਾ ਖਲੋਜਾ ਭਾਈ ਇਹ ਕਥਾ ਕਰਦਾ ਸਭ ਨੂੰ ਪਤਾ ਤੇ ਅੱਜ ਤੋਂ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਪਹਿਲੇ ਇੱਥੇ ਕਥਾ ਕਰਦਾ ਸੀ ਤੇ ਫਿਰ ਮੈਂ ਇਹਨੂੰ ਇਹ ਚੀਜ਼ ਕਹੀ ਮੈਂ ਕਿਹਾ ਹੁਣ ਬਾਹਰ ਵੀ ਵਿਚਰੋ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਕੈਮਰਾ ਘੁਮਾ ਦਿਆ ਕਰੋ ਯਾਰ ਘੁੰਮ ਗਿਆ ਚੱਲ ਰਿਹਾ ਤੇ ਇਹ ਜਿਹੜੀਆਂ ਸੰਗਤਾਂ ਲਾਈਵ ਵੀ ਸੁਣਦੀਆਂ ਨੇ ਇਹ ਸ਼ਨੀ ਦੀ ਰਾਤ ਤੇ ਐਤ ਦਾ ਦਿਨ ਇਹਨੂੰ ਮੈਂ ਕਿਹਾ ਦੋ ਦਿਨ ਇੱਦਾਂ ਪ੍ਰਚਾਰ ਵਾਸਤੇ ਕੱਢੇ ਦਿਆ ਕਰ ਬਾਕੀ ਦਿਨ ਇੱਥੇ ਡਿਊਟੀਆਂ ਨਿਭਾਵੇ ਸੇਵਾਵਾਂ ਕਰੇ ਦੋ ਦਿਨ ਪ੍ਰਚਾਰ ਤੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਜਕਾਰੇ ਰਾਹੀਂ ਇਹਨੂੰ ਅਸੀਸ ਦੇ ਦਿਓ ਟਰੱਸਟ ਵੱਲੋਂ ਜਿੱਥੇ ਜਿੱਥੇ ਵੀ ਫਿਰ ਇਹ ਸੰਗਤਾਂ ਇਹਨੂੰ ਬੁਲਾਉਣਗੀਆਂ ਜੋ ਸੇਵਾ ਦਿਓਗੇ ਉਹ ਫਿਰ ਸਾਰੀਆਂ ਸੰਗਤਾਂ ਜੋ ਤੁਸੀਂ ਇਹਨਾਂ ਨੂੰ ਕਿਣਕਾ ਕਿਣਕਾ ਉਹ ਟਰੱਸਟ ਵਿੱਚ ਲਿਆ ਕੇ ਸਾਰੀ ਸੇਵਾ ਜੋ ਹਾਜ਼ਰੀ ਲਾਇਆ ਕਰੇਗਾ। ਇਹ ਗੁਰਚਰਨ ਸਿੰਘ ਨੰਬਰ ਵੀ ਇਹਦਾ 98765258 ਨੰਬਰ ਵੀ ਇਹਦਾ 98765258 ਮੈਂ ਬੋਲ ਦਿੰਦਾ ਇਹ ਸਭ ਨੂੰ ਬੇਨਤੀ ਹੈ ਇੱਕ ਜਕਾਰਾ ਲਾ ਕੇ ਅਸੀਸ ਦੇ ਦਿਓ ਸੋ ਚਲੋ ਬਾਬਾ ਮਿਹਰ ਕਰੇ।